ਹਾਂਜੀ, ਮੇਰਾ ਨਾਮ ਹਰਿੰਦਰ ਸਿੰਘ, ਪਿੰਡ ਮੱਲ ਮਾਜਰਾ। ਕੀ ਘਟਨਾ ਹੋਈ ਹੈ ਜੀ? ਇਹ ਮੇਰੀ ਵਾਈਫ ਅਤੇ ਨਾਲ ਮੇਰੇ ਇਹਨਾਂ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ, ਅਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ, ਇਹਨਾਂ ਦੇ ਪਿੱਛੇ ਦੋ ਬੰਦੇ ਲੱਗ ਗਏ, ਅਤੇ ਇੱਕ ਮੋਨਾ ਸੀਗਾ, ਇੱਕ ਮੋਟਰਸਾਈਕਲ ਅਤੇ ਸਰਦਾਰ ਸੀਗਾ। ਉਹਨਾਂ ਨੇ ਮੋਟਰਸਾਈਕਲ ਇਹਨਾਂ ਦੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਸਿੱਟਤਾ, ਅਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋਹ ਕੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ। ਮੂੰਹ ਵਗੈਰਾ ਬੰਨੇ ਹੋਏ ਸੀ? ਨਹੀਂ, ਮੂੰਹ ਨਹੀਂ ਸੀ ਬੰਨਿਆ ਹੋਇਆ। ਸੀਸੀਟੀਵੀ ਵਗੈਰਾ ਦੇਖਿਆ ਤੁਸੀਂ? ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ। ਕਿੰਨੀਆਂ ਕੁ ਸੱਟਾਂ ਵਗੈਰਾ? ਸੱਟਾਂ ਇਹਨਾਂ ਦੇ ਮੱਥੇ 'ਤੇ, ਠੋਡੀ 'ਤੇ, ਬੁੱਲਾਂ 'ਤੇ, ਗੁੱਟ 'ਤੇ, ਗੋਡੇ 'ਤੇ ਕਾਫੀ ਸੱਟਾਂ ਲੱਗੀਆਂ ਨੇ, ਅਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ 'ਤੇ ਸੱਟ ਆ। ਕੀ ਮੰਗ ਕਰਦੇ? ਮਨ ਕਰਦਾ ਜੀ, ਹੁਣ ਤਾਂ ਦੁੱਖ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦਾ ਕੰਮ ਵੀ ਨਹੀਂ ਕਰ ਸਕਦਾ। ਲੇਡੀਜ਼ ਵਗੈਰਾ ਦੋ ਜਣੀਆਂ ਸੀਗੀਆਂ, ਇਕੱਲੇ ਦਾ ਤਾਂ ਕੀ ਹੌਸਲਾ ਹੋਣਾ ਜਾਣ ਦਾ, ਕਿ ਸ਼ਹਿਰ ਬਾਜ਼ਾਰ ਵੀ ਨਹੀਂ ਜਾ ਸਕਦੀਆਂ। ਬੱਚਿਆਂ ਦਾ ਕੱਲ੍ਹ ਨੂੰ ਟਿਊਸ਼ਨ ਪੜ੍ਹਨ ਜਾਂਦੇ ਨੇ, ਉਹਨਾਂ ਦਾ ਵੀ ਬੁਰਾ ਹਾਲ ਆ, ਲੋਟਾਂ ਖੂਹਾਂ ਇੰਨੀਆਂ ਵੱਧ ਗਈਆਂ। ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਲਟੇਰਿਆਂ ਨੂੰ ਲੱਭ ਕੇ ਇਹ ਕੰਮ ਅਨਸਰਾਂ 'ਤੇ ਨੱਥ ਪਾਈ ਜਾਵੇ। ਉਹ ਕੀ ਹੋਈ? ਹਾਂਜੀ, ਖੋਕੇ ਕੀ ਲੈ ਕੇ ਗਏ? ਚੈਨੀ ਖੋਕੇ ਲੈ ਗਏ, 1.5 ਤੋਲੇ ਦੀ, ਸੋਨੇ ਦੀ। ਮੈਂ ਡਾਕਟਰ ਬਲਵਿੰਦਰ ਸਿੰਘ, ਕੌਸ਼ਲ ਹਸਪਤਾਲ ਸਮਰਾਲਾ ਤੋਂ। ਡਾਕਟਰ, ਕੇਸ ਹੈ ਤੁਹਾਡੇ ਕੋਲ, ਲੁੱਟ ਖੋਹ ਦੱਸਿਆ ਜਾ ਰਿਹਾ, ਦੋ ਲੇਡੀ, ਕੀ ਮਾਮਲੇ? ਹਾਂਜੀ, ਇਹ ਸਾਡੇ ਕੋਲ ਕੇਸ ਆਇਆ ਹੈ 3:28 'ਤੇ। ਦੱਸੋ, ਉਹਦੇ ਨਾਲ ਦੇ ਦੱਸਦੇ ਸੀਗੇ ਕਿ ਇਹਨਾਂ ਦੀ ਲੁੱਟ ਖੋਹ ਹੋਈ ਹੈ, ਚੈਨ ਵਗੈਰਾ ਖੋਹੀ ਹੈ, ਅਤੇ ਉਹਦੇ ਸਿਰ 'ਤੇ ਸੱਟ ਹੈ, ਅਤੇ ਇਸਦੇ ਬਾਕੀ ਫੇਸ 'ਤੇ ਨਹੀਂ, ਇੱਕ ਹੋਲਡੇ 'ਤੇ ਵੀ ਹੈ। ਪ੍ਰੋਪਰ ਇਹ ਹੈ ਜੀ, ਉਹਦੇ ਸਿਰ ਦੇ ਲੱਗੇ ਨੇ 3-4 ਟਾਂਕੇ ਅਤੇ ਬੁੱਲ 'ਤੇ ਟਾਂਕੇ ਲੱਗੇ ਨੇ, ਬਾਕੀ ਤਾਂ ਜਿਹੜਾ ਹੈਗਾ ਉਹ ਇੱਦਾਂ ਹੀ ਸਰ ਗਿਆ, ਅਤੇ ਅਸੀਂ ਇਹਦੀ ਸਿਟੀ ਸਕੈਨ ਰਿਕਮੈਂਡ ਕੀਤੀ ਹੈ, ਕਿਉਂਕਿ ਸਿਰ ਦੇ ਵਿੱਚ ਸੱਟ ਤਾਂ ਨਹੀਂ ਮੇਜਰ। ਕੀ ਨਾਮ ਤੁਹਾਡਾ? ਕੀ ਨਾਮ ਹੈ ਤੁਹਾਡਾ ਜੀ? ਇਹ ਸ਼੍ਰੀ ਸੁਰਾਜ ਜੀ। ਕੀ ਮਾਮਲਾ ਹੋਇਆ ਅੱਜ? ਕਹਿੰਦੇ ਲੁੱਟ ਖੋਹ ਹੋਈ ਹੈ ਅਤੇ ਲੇਡੀਜ਼ ਨਾਲ, ਕੀ ਮਾਮਲਾ? ਅੱਜ ਦੋ ਮੱਲ ਮਾਜਰੇ ਦੀ ਲੇਡੀਜ਼, ਸੁਖਦੀਪ ਕੌਰ ਅਤੇ ਸੰਦੀਪ ਕੌਰ, ਐਕਟਿਵਾ 'ਤੇ ਜਾ ਰਹੇ ਸੀ ਪਿੰਡ ਮੱਲ ਮਾਜਰੇ ਨੂੰ। ਪਿੱਛੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਆਏ, ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਵਾਰ ਬਚ ਗਏ, ਦੂਜੀ ਵਾਰ ਫਿਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਐਕਟਿਵਾ ਵਿੱਚ ਲਾ ਕੇ ਉਹ ਡਿੱਗ ਗਏ। ਡਿੱਗਣ ਨਾਲ ਉਹਦੇ ਸੱਟ ਵੀ ਲੱਗੀ ਹੈ ਇੱਕ ਲੇਡੀਜ਼ ਦੇ ਮੂੰਹ ਦੀ, ਅਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭਜਾ ਕੇ ਚੈਨੀ ਖੋ ਕੇ ਫਰਾਰ ਹੋ ਗਏ। ਜਿਹੜੇ ਲੇਡੀਜ਼ ਆ ਕੌਂਸਲ ਹਸਪਤਾਲ ਐਡਮਿਟ ਨੇ, ਪੁਲਿਸ ਜਾਂਚ ਕਰ ਰਹੀ ਆ, ਜਲਦੀ ਤੋਂ ਜਲਦੀ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।